ਦੋਗਾਣਾ ਗਾਇਕੀ ਦੇ ਬਾਦਸ਼ਾਹ ਅਮਰ ਸਿੰਘ ਚਮਕੀਲਾ ਜੀ ਦੇ ਜਨਮ ਦਿਨ ਤੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਸਭ ਤੋਂ ਪਹਿਲਾਂ ਲੱਖ ਲੱਖ ਵਾਰ ਮੁਬਾਰਕਬਾਦ। ਸਾਡਾ ਪੰਜਾਬੀ ਵਿਰਸਾ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਦੋਸਤੋ, ਪੰਜਾਬ, ਪੰਜਾਬੀ ਬੋਲੀ ਅਤੇ ਪੰਜਾਬੀਅਤ ਨੂੰ ਆਉਣ ਵਾਲੀਆਂ ਪੰਜਾਬੀ ਦੀਆਂ ਨਵੀਆਂ ਪੀੜ੍ਹੀਆਂ ਲਈ ਜਿਉਂਦਾ ਰੱਖਣ ਲਈ ਇਹਨਾਂ ਵੀਡੀਓ ਰਾਹੀਂ ਅਸੀਂ ਇਸ ਚੈਨਲ ਦੇ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ। ਦੋਸਤੋ, ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ, ਆਖਿਰ ਤੱਕ ਜ਼ਰੂਰ ਦੇਖਣਾ। ਚਮਕੀਲੇ ਦੀਆਂ ਸੰਗੀਤ ਜਗਤ ਵਿੱਚ ਕੀਤੀਆਂ ਉਪਲਬਧੀਆਂ ਬਾਰੇ ਦੱਸਾਂਗੇ, ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਬਣ ਕੇ ਰਹਿ ਗਈਆਂ, ਜੋ ਕਿ ਸ਼ਾਇਦ ਭਵਿੱਖ ਵਿੱਚ ਕਿਸੇ ਤੋਂ ਨਾ ਟੁੱਟਣ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਉਸ ਟਾਈਮ ਵਿੱਚ ਹਰ ਕਲਾਕਾਰ ਦਾ ਆਮ ਮਹਿਤਾਨਾ 1500 ਤੋਂ 2000, 2000 ਤੋਂ 2500 ਤੱਕ, ਵੱਡੇ ਤੋਂ ਵੱਡਾ ਕਲਾਕਾਰ 2500 ਤੱਕ ਮਹਿਨਤਾਨਾ ਲੈਂਦਾ ਸੀ। ਪਰ ਚਮਕੀਲਾ ਇੱਕ ਐਸਾ ਕਲਾਕਾਰ ਸੀ ਜਿਸ ਦੇ ਵਿੱਚ ਰਿਕਾਰਡ ਵੀ ਨੇ, ਅਤੇ ਕੁਝ ਬੰਦਿਆਂ ਤੋਂ ਵੀ ਪਤਾ ਲੱਗਦਾ ਹੈ ਕਿ ਚਮਕੀਲਾ 3500 ਤੋਂ 5000 ਤੱਕ ਵੀ ਪ੍ਰੋਗਰਾਮ ਬੁੱਕ ਕਰਦਾ ਹੁੰਦਾ ਸੀ। ਦੋਸਤੋ, ਉਸ ਸਮੇਂ ਦੀ ਵਿੱਚ 5000 ਇੱਕ ਲੱਖ ਦੇ ਬਰਾਬਰ ਹੁੰਦਾ ਸੀ। ਅਤੇ ਇੱਥੇ ਇੱਕ ਦੱਸਣਯੋਗ ਗੱਲ ਇਹ ਹੈ ਕਿ ਚਮਕੀਲਾ ਸਭ ਤੋਂ ਜ਼ਿਆਦਾ ਪੈਸੇ ਲੈਣ ਦੇ ਬਾਵਜੂਦ ਵੀ ਰਿਕਾਰਡ ਕਾਇਮ ਕੀਤਾ ਹੋਇਆ ਹੈ ਕਿ 365 ਦਿਨਾਂ ਵਿੱਚ 430 ਪ੍ਰੋਗਰਾਮ ਕੀਤੇ ਸਨ। ਇਸ ਦੇ ਨਾਲ ਦੱਸ ਦਈਏ ਕਿ ਚਮਕੀਲੇ ਨੂੰ ਪ੍ਰੋਗਰਾਮਾਂ ਦੇ ਉੱਪਰ ਇਨਾਮ, ਚਮਕੀਲੇ ਦੇ ਸਾਜ਼ੀਆਂ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ 15000 ਤੋਂ 20000 ਰੁਪਇਆ ਚਮਕੀਲੇ ਨੂੰ ਪ੍ਰੋਗਰਾਮਾਂ ਵਿੱਚ ਉੱਪਰੋ ਉੱਪਰੋ ਹੋ ਜਾਂਦਾ ਸੀ। ਉਸ ਦੇ ਨਾਲ ਸ਼ਾਇਦ ਇਹ ਵੀ ਕਾਰਨ ਸੀ ਕਿ ਹਰ ਸਾਜ਼ੀ, ਹਰ ਸੰਗੀਤਕਾਰ ਕੰਮ ਕਰਕੇ ਜ਼ਿਆਦਾ ਖੁਸ਼ ਸੀ ਚਮਕੀਲੇ ਨਾਲ, ਕਿਉਂਕਿ ਕੰਮ ਕਰਨ ਵਾਲੇ ਸਾਜ਼ੀਆਂ ਨੂੰ ਆਮ ਕਲਾਕਾਰਾਂ ਨਾਲੋਂ ਜ਼ਿਆਦਾ ਮਿਹਨਤਾਨਾ ਦਿੰਦਾ ਸੀ ਚਮਕੀਲਾ। ਦੋਗਾਣਾ ਗਾਇਕੀ ਦੇ ਬਾਦਸ਼ਾਹ ਅਮਰ ਸਿੰਘ ਚਮਕੀਲਾ ਜੀ ਦੇ ਜਨਮ ਦਿਨ ਤੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਲੱਖ ਲੱਖ ਵਾਰ ਮੁਬਾਰਕਬਾਦ। ਪੰਜਾਬੀ ਗਾਇਕੀ ਦੇ ਸ਼ਹੀਦ ਅਮਰ ਸਿੰਘ ਚਮਕੀਲਾ ਜੀ ਦੇ ਜੀਵਨ ਉੱਪਰ ਆਧਾਰਿਤ, ਜੋ ਕਿ ਬਲਰਾਜ ਸਿੰਘ ਸਿੱਧੂ ਦੀ ਕਿਤਾਬ ਸ਼ਹੀਦ ਵਿੱਚ ਲਿਖਿਆ ਗਿਆ ਹੈ, ਕਿਵੇਂ ਸ਼ੌਹਰਤ ਦੀ ਪੌੜੀ ਦਾ ਖਿਤਾਬ ਜਿੱਤਿਆ ਅਤੇ ਅੱਜ ਸਾਡੇ ਸਾਰਿਆਂ ਦੇ ਦਿਲ ਦੀ ਧੜਕਣ ਬਣੇ ਸ਼ਹੀਦ ਅਮਰ ਸਿੰਘ ਚਮਕੀਲਾ ਜੀ। ਆਓ ਸੁਣਦੇ ਹਾਂ ਸ਼ੌਹਰਤ ਦੀ ਪੌੜੀ। ਪਹਿਲੇ ਹੀ ਏਪੀ ਨਾਲ ਅਮਰ ਸਿੰਘ ਚਮਕੀਲੇ ਨੇ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਇੱਕ ਤਹਿਲਕਾ ਮਚਾ ਦਿੱਤਾ ਸੀ। ਕਲਾਕਾਰਾਂ ਨੇ ਇਸ ਵੱਲ ਕੋਈ ਬਹੁਤੀ ਤਵੱਜੋ ਨਾ ਦਿੱਤੀ, ਜਾਂ ਕਹਿ ਲਓ ਉਹ ਧਿਆਨ ਦੇਣਾ ਨਹੀਂ ਸੀ ਚਾਹੁੰਦੇ। ਇਸ ਵੇਲੇ ਸਥਾਪਿਤ ਕਲਾਕਾਰਾਂ ਨੂੰ ਚਮਕੀਲੇ ਤੋਂ ਕੋਈ ਬਹੁਤਾ ਖਤਰਾ ਮਹਿਸੂਸ ਨਹੀਂ ਸੀ ਹੋਇਆ। ਚਮਕੀਲੇ ਅਤੇ ਸੁਰਿੰਦਰ ਸੋਨੀਆ ਕੋਲ ਪ੍ਰੋਗਰਾਮਾਂ ਦੀ ਝੜੀ ਲੱਗ ਗਈ ਸੀ। ਚਮਕੀਲੇ ਦੇ ਗੀਤ ਹਰ ਤਰਫ ਵੱਜਣ ਲੱਗ ਗਏ ਸਨ। HMV ਵਾਲਿਆਂ ਨੇ ਤੇਜ਼ੀ ਨਾਲ ਚਮਕੀਲੇ ਦੇ ਗੀਤ ਵਿਕਦੇ ਦੇਖੇ ਤਾਂ ਉਹਨਾਂ ਨੇ ਚਮਕੀਲੇ ਨੂੰ ਘੱਟੋ ਘੱਟ 20 ਗੀਤ ਹੋਰ ਤਿਆਰ ਕਰਨ ਲਈ ਕਹਿ ਦਿੱਤਾ ਸੀ। ਚਮਕੀਲੇ ਦੇ ਅਤੇ ਸੋਨੀਆ ਨੂੰ ਪ੍ਰੋਗਰਾਮਾਂ ਤੋਂ ਵੇਲ ਨਹੀਂ ਸੀ ਮਿਲਦਾ, ਰਿਕਾਰਡਿੰਗ ਲਈ ਤਾਂ ਸੋਚਣ ਦਾ ਵੀ ਉਹਨਾਂ ਕੋਲ ਵਕਤ ਹੀ ਨਹੀਂ ਸੀ ਹੁੰਦਾ। ਲੇਕਿਨ ਚਮਕੀਲੇ ਨੇ ਪ੍ਰੋਗਰਾਮਾਂ ਨਾਲੋਂ ਰਿਕਾਰਡਿੰਗ ਕਰਨ ਨੂੰ ਤਰਜੀਹ ਦਿੱਤੀ ਅਤੇ ਉਸਨੇ ਸੋਨੀਆ ਨੂੰ ਵੀ ਇਸ ਪਾਸੇ ਵੱਲ ਤਵੱਜੋ ਦੇਣ ਲਈ ਕਿਹਾ ਸੀ। ਫੁਰਸਤ ਕੱਢ ਕੇ ਚਮਕੀਲੇ ਨੇ ਸੋਨੀਆ ਨਾਲ 4 ਗੀਤ ਹੋਰ ਤਿਆਰ ਕੀਤੇ ਸਨ। ਇੱਕ ਕੁੜਤੀ, 7 ਰੰਗ ਦੀ, ਬਾਪੂ ਸਾਡਾ ਗੁੰਮ ਹੋ ਗਿਆ, ਠੇਕੇ 'ਤੇ ਘਰ ਪਾ ਲੈਣਾ, ਅਤੇ ਆਟੇ ਵਾਂਗ ਗੁੰਨਤੀ ਬਗਾਨੇ ਪੁੱਤ ਨੇ। ਬਾਪੂ ਸਾਡਾ ਗੁੰਮ ਹੋ ਗਿਆ ਗੀਤ ਦੀ ਤਿਆਰੀ ਕਰਦਿਆਂ ਸੋਨੀਆ ਨੇ ਝੱਕਦਿਆਂ ਝੱਕਦਿਆਂ ਚਮਕੀਲੇ ਨੂੰ ਕਿਹਾ ਸੀ, ਇਸ ਗੀਤ ਦੀਆਂ ਲਾਈਨਾਂ ਥੋੜ੍ਹੀਆਂ ਠੰਡੀਆਂ ਕਰ ਲੈ, ਲੋਕਾਂ ਨੂੰ ਹਜਮ ਹੋਜੂ। ਚਮਕੀਲਾ ਝੱਟ ਬੋਲ ਪਿਆ ਸੀ, ਸਾਡੇ ਪਿੰਡਾਂ ਵਿੱਚ ਇਹੋ ਜਿਹਾ ਕੁਝ ਹੀ ਚੱਲਦਾ, ਲੋਕਾਂ ਨੇ ਤਾਂ ਡਕਾਰ ਵੀ ਨਹੀਂ ਮਾਰਨਾ। ਸੋਨੀਆ ਚੁੱਪ ਕਰ ਗਈ ਸੀ। ਸੋਨੀਆ ਨੂੰ ਆਟੇ ਵਾਂਗੂ ਗੁੰਨ ਅਤੇ ਬਗਾਨੇ ਪੁੱਤ ਨੇ ਵਾਲੇ ਗੀਤ ਤੋਂ ਵੀ ਹਿਚਕਾਟ ਸੀ, ਲੇਕਿਨ ਉਸ ਬਾਰੇ ਉਸਨੇ ਚਮਕੀਲੇ ਨੂੰ ਕੁਝ ਨਹੀਂ ਸੀ ਕਿਹਾ। ਜਦੋਂ ਰਿਕਾਰਡਿੰਗ ਕਰਵਾਉਣਗੇ ਤਾਂ ਸੋਨੀਆ ਬਹਾਨੇ ਨਾਲ ਜ਼ਹਿਰ ਅਹਿਮਦ ਨੂੰ ਪਾਸੇ 'ਤੇ ਲਿਜਾ ਕੇ ਕਹਿੰਦੀ, ਜ਼ਹਿਰ ਸਾਹਿਬ, ਇਹ ਆਟੇ ਵਾਂਗੂ ਗੁੰਨਤੀ ਵਾਲਾ ਗੀਤ ਨਹੀਂ ਚੱਲਣਾ, ਤੁਸੀਂ ਇਹ ਰਿਕਾਰਡ ਨਾ ਕਰੋ, ਜਵਾਬ ਦੇ ਦਿਓ। ਜ਼ੈਦ ਅਹਿਮਦ ਹੱਸ ਪਿਆ ਸੀ, ਮੈਡਮ ਮੈਂ ਆਪਣੀ ਸਾਰੀ ਉਮਰ ਇਸੇ ਇੰਡਸਟਰੀ ਵਿੱਚ ਗਾਲੀ ਹੈ, ਮੈਨੂੰ ਪਤਾ ਹੈ ਗੀਤ ਇਹੀ ਚੱਲਣਾ ਹੈ ਅਤੇ ਸਭ ਤੋਂ ਪਹਿਲਾਂ ਰਿਕਾਰਡ ਹੀ ਇਹ ਕਰਨਾ ਹੈ, ਤੁਸੀਂ ਬੇਫਿਕਰ ਹੋ ਕੇ ਰਿਕਾਰਡ ਕਰਵਾ ਦਿਓ, ਗੀਤ ਵਿੱਚ ਕੋਈ ਖਰਾਬੀ ਨਹੀਂ ਹੈ। ਇੱਕ ਸੱਜ ਵਿਆਹੀ ਆਪਣੇ ਪੁਰਾਣੇ ਆਸ਼ਕ ਨੂੰ ਅਸਿੱਧੇ ਤੌਰ 'ਤੇ ਮਗਰੋਂ ਲਾਉਣ ਲਈ ਦੱਸ ਰਹੀ ਹੈ ਕਿ ਉਹ ਆਪਣੇ ਸਹੁਰੇ ਘਰ ਖੁਸ਼ ਹੈ। ਸਰਦੇ ਪੁੱਜਦੇ ਜ਼ਿਮੀਂਦਾਰਾਂ ਦੀਆਂ ਸੁਹਾਣੀਆਂ ਸਾਰਾ ਦਿਨ ਕੰਮ ਧੰਦੇ ਵਿੱਚ ਰੁੱਝੀਆਂ ਰਹਿਣ ਵਾਲੀਆਂ ਮਧੋਲੀਆਂ ਪਾਈਆਂ ਹੁੰਦੀਆਂ ਹਨ, ਉਹਨਾਂ ਦੀਆਂ ਹਾਲਤ ਨੂੰ ਆਟੇ ਵਾਂਗ ਗੁੰਨਣ ਨਾਲ ਤਸ਼ੀਹ ਦਿੱਤੀ ਗਈ ਹੈ, ਕੀ ਮਾੜਾ ਹੈ ਇਸ ਵਿੱਚ। ਕੰਪਨੀ ਨੇ ਜਦੋਂ ਇਹ ਗੀਤ ਜਾਰੀ ਕੀਤੇ ਤਾਂ ਆਉਂਦਿਆਂ ਹੀ ਚਾਰੇ ਦੇ ਚਾਰੇ ਗੀਤ ਹਿੱਟ ਹੋ ਗਏ ਸਨ। ਚਮਕੀਲੇ ਅਤੇ ਸੋਨੀਆ ਪ੍ਰੋਗਰਾਮ ਵਿੱਚ ਹੋਰ ਮਸ਼ਰੂਫ ਰਹਿਣ ਲੱਗ ਪਏ ਸਨ। ਇਸ ਰਿਕਾਰਡਿੰਗ ਨਾਲ ਚਮਕੀਲਾ ਸ਼ੌਹਰਤ ਦੀ ਪੌੜੀ ਦਾ ਇੱਕ ਟੰਬਾ ਹੋਰ ਉੱਪਰ ਚੜ੍ਹ ਗਿਆ ਸੀ।